स्वागत है किसान वीरों तुहाडा यूट्यूब चैनल सिदक डेयरी फार्मिंग दे विच। आज दी वीडियो दे विच मैं तुहानू दो मझां दिखाऊंगा जिहड़ियां बाई जी होरां ने वेचणियां, जिहदे विच पहली झोटी जिहड़ी है उह पहले सूए सूण वाली है ते दूसरी झोटी जिहड़ी तुसीं स्क्रीन ते देख रहे हैं इह तोकड़ है। हुण सारी डिटेल आपां बाई जी होरां तों पुछांगे। ਤੁਹਾਨੂੰ ਪਹਿਲਾਂ ਇਹ ਝੋਟੀਆਂ ਦਿਖਾ ਦਿੰਦਾ। ਇਹਨਾਂ ਨੂੰ ਤੋੜ ਕੇ ਨਹੀਂ ਦਿਖਾ ਸਕਦੇ ਕਿਉਂਕਿ ਬਹੁਤੇ ਪਸ਼ੂ ਜਿਹੜੇ ਆ ਉਹ ਡਾਕਟਰ ਤੋਂ ਡਰਦੇ ਹੋਣ ਕਰਕੇ ਉਹ ਪੂਰਾ ਖੁੱਲ੍ਹ ਕੇ ਤੁਰਦੇ ਨਹੀਂ ਗੇ, ਮਤਲਬ ਡਰਦੇ ਰਹਿੰਦੇ ਆ। ਅਤੇ ਤੁਹਾਨੂੰ ਇਸੇ ਤਰ੍ਹਾਂ ਦਿਖਾ ਦਿੰਦੇ ਹਾਂ। ਇਹ ਪਹਿਲਾਂ ਝੋਟੀ ਆ ਸੂਣ ਵਾਲੀ, ਦੇਖ ਸਕਦੇ ਹਾਂ ਤੁਸੀਂ ਇਹਦਾ ਮੂੰਹ ਮੱਥਾ ਸਿੰਗ ਬਿਲਕੁਲ ਛੋਟਾ, ਬਹੁਤ ਹੀ ਸੋਹਣਾ ਸਿੰਗ ਹੈ, ਚੰਗਾ ਕੱਦ ਕਾਠ ਹੈ, ਭਾਰੀ ਮੱਝ ਆ ਇਹ। ਬਾਕੀ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਥੋੜ੍ਹਾ ਜਿਹਾ ਡਰਦੀ ਹੈ, ਨਹੀਂ ਤਾਂ ਤੂੰ ਤੋਰ ਕੇ ਵੀ ਇਹ ਦਿਖਾਉਣੀ ਸੀ। ਤੁਸੀਂ ਹਵਾਨਾ ਇੱਥੋਂ ਦੇਖ ਲਓ, ਕਾਫੀ ਤਕੜੇ ਡਰਦੀ ਹੈ। ਮੂੰਹ ਮੱਥਾ ਤੁਸੀਂ ਦੇਖ ਲਿਆ, ਸਿੰਗ ਪਹਿਲਾਂ ਹੀ ਦੱਸਿਆ, ਕਾਫੀ ਸੋਹਣਾ ਸਿੰਗ ਹੈ, ਛੋਟਾ ਗੋਲ ਸਿੰਗ। ਬਾਕੀ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਕੀ ਨਾਮ ਆਪਣਾ? ਮੇਰਾ ਨਾਮ ਬਾਈ ਸੁਖਪਾਲ ਸਿੰਘ ਹੈ। ਸੁਖਪਾਲ ਸਿੰਘ, ਪਿੰਡ ਕਿਹੜਾ ਵੀਰ ਜੀ ਆਪਣਾ? ਪਿੰਡ ਬਾਈ ਜੀ ਪਿਓਰੀ ਹੈ। ਪਿਓਰੀ ਪਿੰਡ, ਤੇ ਇਹ ਕਿਹੜੇ ਰੋਡ ਤੇ ਰਹਿ ਜਾਂਦਾ ਵੀਰੇ? ਇਹ ਪਿੰਡ ਬਾਈ ਸਾਡਾ ਗਿੱਦੜਵਾਹਾ ਤੋਂ ਹੈਗਾ 7 ਕਿਲੋਮੀਟਰ ਦੂਰ। ਠੀਕ ਹੈ। ਤੇ ਜਦੋਂ ਆਪਾਂ ਬਠਿੰਡਾ ਤੋਂ ਮਲੋਟ ਵਾਲੀ ਮੇਨ ਰੋਡ ਤੇ ਆ। ਠੀਕ ਹੈ। ਤੇ ਇਸ ਤੋਂ ਸਾਡਾ ਪਿੰਡ ਪਹਿਲਾਂ ਕਰਮਗੜ੍ਹ ਛਤਰਾਂ ਤੋਂ ਰੋਡ ਜਾਂਦੀ ਹੈ ਜੀ, ਉੱਥੋਂ ਸਰਦਾਰਗੜ੍ਹ। ਠੀਕ ਹੈ। ਸਰਦਾਰਗੜ੍ਹ ਤੋਂ ਪਿਓਰੀ ਪਿੰਡ ਸਾਹਮਣੇ ਆਪਣਾ ਘਰ ਹੈ ਜੀ। ਠੀਕ ਹੈ ਬਾਈ ਜੀ। ਤੇ ਇਹ ਝੋਟੀ ਬਾਰੇ ਦੱਸੋ ਵੀਰ ਜੀ, ਇਹ ਪਹਿਲੇ ਸੂਏ ਸੂਣ ਵਾਲੀ ਹੈ? ਪਹਿਲੇ ਸੂਏ ਸੂਣ ਵਾਲੀ ਇਹ ਝੋਟੀ ਹੈ ਜੀ, ਅਸਰ ਪਈ ਹੈ ਇਹ। ਠੀਕ ਹੈ। ਇਹਦਾ ਕਿੰਨਾ ਚਿਰ ਰਹਿ ਗਿਆ ਸੂਣ ਦੇ ਵਿੱਚ? ਇਹ ਦਿਨ ਪੂਰੇ ਹੋ ਚੁੱਕੇ ਹੈ ਜੀ ਇਹਦੇ ਮੋਸਟਲੀ। ਠੀਕ ਹੈ। ਤੇ ਇਹ ਵੀਰੇ ਘਰ ਦੀ ਝੋਟੀ ਆਪਣੀ? ਘਰ ਦੀ ਝੋਟੀ ਹੈ। ਤੇ ਇਹਦੀ ਝੋਟੀ ਹੈ, ਇਹਦੀ ਮੱਝਦਾ ਜਿਹੜੀ ਇਹਦੀ ਮਾਂ ਦਾ ਰਿਕਾਰਡ ਆਈ ਦੁੱਧ ਦਾ, ਉਹਦਾ 20 ਪਲੱਸ ਰਿਕਾਰਡ ਆ ਜੀ ਮੱਝਦਾ ਇਹਦਾ। ਠੀਕ ਹੈ। ਮਾਂ ਦਾ ਰਿਕਾਰਡ ਸੀ ਜਿਹੜਾ। ਠੀਕ ਹੈ। ਵੀਰ ਜੀ, ਇਹ ਫਿਰ ਕਿੰਨੇ ਕੁ ਦਿਨ ਤੁਹਾਨੂੰ ਲੱਗਦਾ ਹੁਣ ਉੱਤੇ ਲੈ ਜੂਗੀ? ਇਹ ਹੋ ਸਕਦਾ ਜੀ ਅੱਜ ਰਾਤ ਨੂੰ ਸੂਪੇ। ਠੀਕ ਹੈ। ਜਾਣੀ ਹੁਣ ਦਿਨ ਤਾਂ ਇਹਦੇ ਪੂਰੇ ਆ, ਇੱਕ ਅੱਧਾ ਦਿਨ ਲੈ ਵੀ ਜਾਵੇ ਜੀ। ਠੀਕ ਹੈ ਵੀਰੇ। ਤੇ ਇਹਦਾ ਕੀ ਮੁੱਲ ਕਰਦੇ ਆਪਾਂ? ਇਹਦਾ ਮੁੱਲ ਜੀ 1,00,000 ਰੁਪਇਆ ਕਰਦੇ ਆ। 1,00,000 ਰੁਪਿਆ। ਤੇ ਇਹ ਜਿਹੜਾ ਰੇਟ ਆ ਵੀਰ ਜੀ, ਇਹਦੇ ਚੋਂ ਕੋਈ ਥੋੜਾ ਬਹੁਤਾ ਮਾਨ ਤਾਨ ਹੋਊਗਾ ਜੇ ਕੋਈ ਗਾਹਕ ਆਉਂਦਾ ਆਪਣੇ ਕੋਲ ਤਾਂ? ਹਾਂ, ਥੋੜਾ ਬਹੁਤ ਹੋ ਸਕਦਾ ਜੀ। ਠੀਕ ਹੈ ਬਾਈ ਜੀ, ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਝੋਟੀ। ਹਵਾਨਾ ਮੈਂ ਫੇਰ ਤੁਹਾਨੂੰ ਦਿਖਾ ਦਿੰਨਾ ਇੱਕ ਵਾਰ। ਬਿੱਠੀ ਦੇ ਉੱਤੇ ਥਣ ਹੈ, ਥੋੜਾ ਜਿਹਾ ਇਹਨੂੰ ਵਾਈ ਆਈ ਹੋਈ ਆ, ਭਲੂਣ ਹੋਣ ਕਰਕੇ ਥੋੜੇ ਜਿਹੇ ਥਣ ਤੁਹਾਨੂੰ ਟੇਢੇ ਦਿਸਦੇ ਹੋਣਗੇ। ਬਾਈ ਜੀ ਹੋਰਾਂ ਨਾਲ ਜਦੋਂ ਮੈਂ ਗੱਲਬਾਤ ਕੀਤੀ ਸੀ ਤਾਂ ਇਹਨਾਂ ਨੇ ਦੱਸਿਆ ਕਿ ਇਹਦੀ ਜਿਹੜੀ ਮਾਂ ਉਹਦੇ ਵੀ ਥਣ ਜਦੋਂ ਸੂਣ ਦੇ ਨੇੜੇ ਆਉਂਦੀ ਕੇਰਾ ਐਵੇਂ ਹੀ ਲੱਗਦੇ ਸੀ, ਉਸ ਤੋਂ ਬਾਅਦ ਚੋਂ ਬਿਲਕੁਲ ਸਿੱਧੇ ਅਤੇ ਕਾਫੀ ਬਿੱਥੀ ਦੇ ਉੱਤੇ ਥਣ ਬਣ ਜਾਂਦੇ ਆ। ਪਿੱਠਪੁੜਾ ਕਾਫੀ ਚੌੜਾ, ਥੋੜਾ ਜਿਹਾ ਸੂਣ ਦੇ ਨੇੜ ਕਰਕੇ ਨੀਵਾਂ ਦਿਸਦਾ। ਏਜ ਇਹਦੀ ਬਾਈ ਜੀ ਹੋਰਾਂ ਦੇ ਦੱਸਣ ਮੁਤਾਬਕ 2.5 ਸਾਲ ਆ, ਮਤਲਬ 2 ਦੰਦ ਇਹਨੇ ਸਿੱਟੇ ਆ ਹਜੇ, 2 ਦੇ ਕੱਢੇ ਨਹੀਂ ਗੇ। ਦੂਜੀ ਝੋਟੀ ਵੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸੀ ਸੀਗੀ ਕਿ ਤੋਕੜ ਆ, 4 ਮਹੀਨਿਆਂ ਦੀ ਸੂਈ ਹੋਈ ਆ। ਬਾਕੀ ਡਿਟੇਲ ਆਪਾਂ ਸਾਰੀ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਇਹਨੂੰ ਵੀ ਤੁਸੀਂ ਦੇਖ ਸਕਦੇ ਆ, ਇਹ ਨਾਲ ਇਹਦੀ ਕੱਟੀ ਹੈ ਇਸੇ ਮੱਝ ਦੀ, ਥੋੜਾ ਜਿਹਾ ਡਰਦੀ ਹੈ ਕੈਮਰੇ ਤੋਂ। ਥਣਲੇਵਾ ਇਹਦਾ ਵੀ ਕਾਫੀ ਸੋਹਣਾ ਹੈਗਾ, ਤੁਸੀਂ ਥੋੜਾ ਜਿਹਾ ਦੂਰ ਤੋਂ ਗੈਸ ਕਰ ਲਓ ਕਿਉਂਕਿ ਨੇੜੇ ਜਾਣ ਤੇ ਥੋੜਾ ਜਿਹਾ ਜ਼ਿਆਦਾ ਡਰ ਰਹੀ ਹੈ ਇਹ। ਪੂਸ ਦੇ ਵਿੱਚ ਥੋੜੇ ਜਿਹੇ ਵਾਲ ਜਿਹੜੇ ਵਾਈਟ ਆ, ਬਾਕੀ ਆਲਮੋਸਟ ਇਹ ਬਲੈਕ ਹੀ ਹੈ। ਵੀਰ ਜੀ, ਇਹ ਝੋਟੀ ਕਿੰਨਵੇਂ ਸੂਏ ਸੂਈ ਹੈ? ਇਹ ਜੀ ਦੂਜੇ ਸੂਏ ਸਾਡੇ ਕੋਲ ਸੂਈ ਹੈ, ਦੂਜੇ ਸੂਏ ਦੀ ਆ ਕੱਟੀ ਹੈ, 4 ਮਹੀਨੇ ਹੋ ਗਏ ਜੀ ਇਹਨੂੰ ਸੂਈ ਹੋਈ ਨੂੰ। ਠੀਕ ਹੈ, 4 ਮਹੀਨੇ ਹੋ ਗਏ ਸੂਈ ਨੂੰ ਤੇ ਦੂਜੇ ਸੂਏ ਦੀ ਨਾਲ ਕੱਟੀ ਹੈ। ਕੱਟੀ ਦਾ ਪਤਾ ਵੀਰ ਜੀ ਇਹ ਕਿਹੜੇ ਸਾਨ ਦੀ ਹੈ? ਇਹ ਕੱਟੀ ਜੀ ਐਵੇਂ ਕਹਿੰਦਾ ਮੈਂ ਕ੍ਰੋਸ ਹੋਈ ਆ ਇਹ। ਠੀਕ ਹੈ। ਤੇ ਸੀਮਨ ਨਹੀਂ ਸੀਗਾ, ਠੀਕ ਕਹਿੰਦਾ ਮੈਂ ਸੀਮਨ ਨਹੀਂ ਭਰਾਇਆ ਹੋਇਆ। ਅੱਛਾ। ਤੇ ਕ੍ਰੋਸ ਹੋਈ ਕੱਟੀ ਹੈ ਜੀ। ਠੀਕ ਹੈ। ਤੇ ਮੱਝ ਥੱਲੇ ਹੁਣ ਦੁੱਧ ਕਿੰਨਾ ਇਸ ਟਾਈਮ? ਇਸ ਟਾਈਮ ਇਹਦੇ ਥੱਲੇ ਜੀ 8 ਲੀਟਰ ਦੁੱਧ ਹੈ ਦੋਨਾਂ ਡੰਗਾਂ ਦਾ, 4 ਲੀਟਰ ਮਤਲਬ ਪਰ। ਠੀਕ ਹੈ। ਇੱਕ ਟਾਈਮ ਦਾ 4 ਕਿਲੋ ਯਾਨੀ 8 ਕਿਲੋ ਦੋਵਾਂ ਟਾਈਮਾਂ ਦਾ। ਇਹ ਕੱਟੀ ਤੇ ਮਿਲਦੀ ਹੈ ਕਿ ਚਾਟ ਤੇ? ਇਹਦੀ ਇਹ ਜੀ ਕੱਟੀ ਤੇ ਵੀ ਚੋਲੋ, ਚਾਹੇ ਚਾਟ ਤੇ ਚੋਲੋ ਜੀ। ਠੀਕ ਹੈ, ਉਵੇਂ ਕੋਈ ਚੱਕਰ ਨਹੀਂ, ਭਾਵੇਂ ਚਾਟ ਪਾ ਕੇ ਚੋਲੋ ਭਾਵੇਂ ਕੱਟੀ ਛੱਡ ਕੇ ਚੋਲੋ। ਠੀਕ ਹੈ। ਤੇ ਹੁਣ ਇਹ ਗੱਬਣ ਵੀ ਹੈ ਵੀਰ ਜੀ? ਹਾਂਜੀ, ਗੱਬਣ ਹੈ। ਗੱਬਣ ਹੈ ਜੀ ਇਹ, 1 ਮਹੀਨਾ ਹੋ ਗਿਆ ਜੀ ਇਹਨੂੰ ਗੱਬ ਹੋਈ ਨੂੰ ਜੀ। 1 ਮਹੀਨਾ ਹੋਇਆ। ਤੇ ਹੁਣ ਇਹ ਕਿਹੜੇ ਸਾਨ ਤੋਂ ਗੱਬਣ ਕਰਾਈ? ਇਹ ਸਾਡੇ ਪਿੰਡ ਹੀ ਹੈ ਜੀ ਝੋਟਾ।
ਜਿਹੜਾ ਮੁਕਤਸਰ ਸਾਹਿਬ ਦੇ ਵਿੱਚ ਮਤਲਬ ਫਸਟ ਪੋਜੀਸ਼ਨ ਦੇ ਵਿੱਚ ਆਇਆ ਸੀਗਾ, ਸਾਡਾ ਨਾਮ ਹੈ ਜੀ ਝੋਟੇ ਦਾ। ਠੀਕ ਹੈ, ਪਿੰਡ ਦੇ ਵਿੱਚ ਹੀ ਜਾਨੀ ਜ਼ਿਲ੍ਹਾ ਲੈਵਲ ਤੇ ਫਸਟ ਆਇਆ ਝੋਟਾ, ਉਦੋਂ ਕ੍ਰੋਸ ਕਰਾਈ ਵੀ ਹੈ? ਉਸ ਤੋਂ ਕ੍ਰੋਸ ਕਰਾਈ ਹੋਈ ਸੀਗੀ ਜੀ। ਠੀਕ ਹੈ, ਜਾਨੀ ਇੱਕ ਮਹੀਨਾ ਹੋ ਗਿਆ ਹੁਣ ਇਹ ਇਹਨੂੰ ਕ੍ਰੋਸ ਕਰਵਾਈ ਨੂੰ? ਹਾਂਜੀ ਹਾਂਜੀ। ਠੀਕ ਹੈ, ਜਾਨੀ ਹੁਣ ਚੈੱਕ ਪਾਸ ਤਾਂ ਹਜੇ ਨਹੀਂ ਹੋ ਸਕਦੀ ਹੈ, ਹਨਾ? ਨਹੀਂ ਹੋ ਸਕਦੀ। ਠੀਕ ਹੈ, ਤੇ ਵੀਰ ਜੀ ਇਹਦਾ ਕੀ ਰੇਟ ਕਰਦੇ ਆਪਾਂ? ਇਹਦਾ 60,000 ਰੁਪਏ ਜੀ। ਇਹਦਾ 60,000? ਠੀਕ ਹੈ, ਤੇ ਰੇਟ ਇਹ ਵੀ ਇਹਦੇ ਵਿੱਚ ਵੀ ਥੋੜਾ ਬਹੁਤਾ ਮਾਨ ਤਾਨ ਹੋਊਗਾ, ਹਨਾ? ਹਾਂ, ਵੈਸੇ ਤਾਂ ਜੀ ਮੈਂ ਰੇਟ ਦਾ ਬਿਲਕੁਲ ਜਾਇਜ਼ ਲਾਇਆ ਹੋਇਆ। ਠੀਕ ਹੈ, ਐਵੇਂ ਕਹਿ ਦਾਂ ਮੈਂ ਤੇ ਚਲੋ ਫੇਰ ਵੀ ਕਈ ਵਾਰ ਬੰਦਾ ਦੂਰ ਤੋਂ ਆਉਂਦਾ ਤਾਂ ਥੋੜਾ ਬਹੁਤਾ ਕੋਈ ਉਹਦਾ ਕਿਰਾਏ ਕਰੂਏ ਦਾ ਹੋ ਜਾਂਦਾ। ਵੇਖ ਸਕਦੇ ਆ ਕਿਸਾਨ ਵੀਰੋ ਤੁਸੀਂ ਇਹ ਤੋਕੜ ਝੋਟੀ, ਕਾਫੀ ਸੋਹਣਾ ਇਹਦਾ ਵੀ ਪਿੱਠ ਪੁੜਾ ਹੈਗਾ। ਬਾਈ ਜੀ ਹੋਰਾਂ ਨਾਲ ਜੋ ਗੱਲਾਂ ਬਾਤਾਂ ਕੀਤੀਆਂ, ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਪਸ਼ੂ ਘਟਾਉਣ ਦਾ ਇਰਾਦਾ, ਇਸ ਕਰਕੇ ਫਿਰ ਇਹ ਦੋ ਮੱਝਾਂ ਜਿਹੜੀਆਂ ਇਹਨਾਂ ਨੇ ਹੁਣ ਵਿਕਾਊ ਕਰਤੀਆਂ। ਹਵਾਨਾ ਇਹਦਾ ਕਾਫੀ ਸੋਹਣਾ, ਬਸ ਥੋੜਾ ਜਿਹਾ ਡਰਨ ਕਰਕੇ ਅਸੀਂ ਇਹਨੂੰ ਖੋਲਿਆ ਨਹੀਂ ਗਿਆ ਵੀ, ਕਿਉਂਕਿ ਪਸ਼ੂ ਜੋ ਡਰਦਾ ਤਾਂ ਉਹ ਵੀਡੀਓ ਚੰਗੀ ਤਰ੍ਹਾਂ ਬੰਨ ਨਹੀਂ ਦਿੰਦਾ। ਇੱਕ ਬਾਈ ਜੀ ਹੋਰਾਂ ਦਾ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਗਾ, ਘਰੇ ਪਸ਼ੂ ਰੱਖੇ ਹੋਏ ਆ, ਤੇ ਉਹਦੇ ਕਰਕੇ ਪਸ਼ੂਆਂ ਕੋਲ ਕੋਈ ਓਪਰਾ ਬੰਦਾ ਆਉਂਦਾ ਵੀ ਨਹੀਂ ਜ਼ਿਆਦੇ, ਥੋੜ੍ਹਾ ਜਿਹਾ ਤਾਂ ਵੀ ਇਹ ਡਰਨ ਲੱਗ ਗਏ। ਦੇਖ ਸਕਦੇ ਹਾਂ ਤੁਸੀਂ ਦੋਨੇ ਝੋਟੀਆਂ, ਜੇ ਕੋਈ ਗਾਹਕ ਕਿਸਾਨ ਵੀਰ ਇਹਨਾਂ ਨੂੰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਨੰਬਰ ਬਾਈ ਜੀ ਹੋਰਾਂ ਤੋਂ ਆਪਾਂ ਪੁੱਛ ਲੈਂਦੇ ਹਾਂ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਾਂ। ਵੀਰ ਜੀ ਮੋਬਾਈਲ ਨੰਬਰ ਬੋਲਿਓ ਆਪਣਾ। ਹਾਂਜੀ, ਇਹ ਮੋਬਾਈਲ ਨੰਬਰ ਜੀ 95011 ਜੀ। 95011 087860 087860 ਇੱਕ ਨੰਬਰ ਹੋਰ ਹੈ ਜੀ 97800 ਪੂਰਾ ਜੀ 97800 ਪੂਰਾ ਜੀ। ਠੀਕ ਹੈ, ਤੇ 44451 ਜੀ 44451। ਬਾਕੀ ਕਿਸਾਨ ਵੀਰੋ ਬਾਈ ਜੀ ਉਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੇ ਜਿਹੜੇ ਸਕਰੀਨ ਦੇ ਉੱਤੇ ਲਗਾਤਾਰ ਫਲੈਸ਼ ਹੋ ਰਹੇ ਆ, ਤੁਸੀਂ ਇੱਥੋਂ ਕੰਟੈਕਟ ਨੰਬਰ ਲੈ ਕੇ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਹਾਂ। ਪਸ਼ੂ ਤੁਹਾਨੂੰ ਦਿਖਾਤੇ ਆ, ਰੇਟ ਤੁਹਾਨੂੰ ਦੱਸਤਾ, ਬਾਕੀ ਤੁਸੀਂ ਤਸੱਲੀ ਜਿਹੜੀ ਆ ਉਹ ਆਪ ਆ ਕੇ ਬਾਈ ਜੀ ਹੋਰਾਂ ਕੋਲ ਕਰ ਸਕਦੇ ਹਾਂ। ਬਾਕੀ ਕਈ ਵਾਰ ਵੀਡੀਓ ਦੇ ਵਿੱਚ ਪਸ਼ੂ ਉਵੇਂ ਦਿਖ ਨਹੀਂ ਦਿੰਦਾ, ਪਰ ਜੇ ਸਾਹਮਣੇ ਆਪਾਂ ਦੇਖ ਰਹੇ ਹਾਂ ਤਾਂ ਬਹੁਤ ਸੋਹਣੇ ਪਸ਼ੂ ਹੈ ਦੋਨੇ ਜਿਹੜੀਆਂ ਝੋਟੀਆਂ, ਬਹੁਤ ਸੋਹਣੀਆਂ। ਜੇ ਕਿਸੇ ਵੀਰ ਨੇ ਬਰੀਡ ਲੈਵਲ 'ਤੇ ਕੰਮ ਕਰਨਾ ਤਾਂ ਉਹਦੇ ਲਈ ਵੀ ਇੱਕ ਵਧੀਆ ਮੌਕਾ ਹੈਗਾ ਇਹਨਾਂ ਨੂੰ ਖਰੀਦ ਕੇ ਅੱਗੇ ਆਪਣੇ ਕੋਲ ਚੰਗੇ ਪਸ਼ੂ ਬਣਾਉਣ ਦਾ। ਇਸ ਝੋਟੀ ਦਾ ਜੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਇਸ ਝੋਟੀ ਦੀ ਜਿਹੜੀ ਮਦਰ ਸੀ ਸਾਡੇ ਕੋਲ, ਜਦੋਂ ਮੈਂ ਉਹ ਸਾਡੇ ਕੋਲ ਮਤਲਬ ਘਰ ਦੀ ਝੋਟੀ ਸੀ। ਠੀਕ ਹੈ, ਤੇ ਪਹਿਲੇ ਸੂਏ ਜਿਸ ਤਰ੍ਹਾਂ ਇਹਦਾ ਲੇਵਾ ਜੀ, ਠੀਕ ਹੈ, ਉਸ ਤਰ੍ਹਾਂ ਹੀ ਉਹਦਾ ਲੇਵਾ ਸੀਗਾ। ਠੀਕ ਹੈ, ਪਰ ਉਹ ਜਦੋਂ ਸੂਣ ਤੋਂ 15 ਦਿਨ ਬਾਅਦ ਹੀ ਉਹਦਾ ਲੇਵਾ ਬਿਲਕੁਲ ਫੁੱਟਬਾਲ ਵਾਂਗੂ ਬਣ ਗਿਆ ਜੀ। ਠੀਕ ਹੈ, ਤੇ ਸਾਨੂੰ ਸ਼ੌਂਕ ਹੈ ਜੀ ਐਵੇਂ ਕਹਿ ਦਈਏ ਮੱਝਾਂ ਰੱਖਣ ਦਾ, ਚੰਗੇ ਪਸ਼ੂ ਰੱਖਣ ਦਾ ਜੀ। ਠੀਕ ਹੈ, ਠੀਕ ਹੈ ਜੀ, ਤਾਂ ਕਰਕੇ ਹੁਣ ਅਸੀਂ ਬਸ 3 ਜਾਂ 4 ਮੱਝਾਂ ਰੱਖਦੇ ਜੀ, ਜ਼ਿਆਦਾ ਕੰਮ ਦੇ ਵਿੱਚ ਬਿਜੀ ਹੋਣ ਕਰਕੇ ਮਤਲਬ। ਠੀਕ ਹੈ, ਮਤਲਬ ਜਦੋਂ ਕੋਈ ਪਸ਼ੂ ਨਵਾਂ ਤਿਆਰ ਹੋ ਜਾਂਦਾ ਫਿਰ ਉਹ ਤੁਸੀਂ ਕੋਸ਼ਿਸ਼ ਕਰਦੇ ਵੀ ਉਹਨੂੰ ਵੇਚ ਦਿੱਤਾ ਜਾਵੇ, ਹਨਾ? ਮੇਰੇ ਫਾਦਰ ਸਾਹਿਬ ਨੂੰ ਜ਼ਿਆਦਾ ਸ਼ੌਂਕ ਹੈ ਜੀ। ਠੀਕ ਹੈ, ਮਤਲਬ ਪਸ਼ੂ ਰੱਖਣ ਦਾ ਜੀ। ਠੀਕ ਹੈ, ਇਸ ਕਰਕੇ ਥੋੜਾ ਬਹੁਤ ਅਸੀਂ ਵੀ ਸਾਂਭ ਸੰਭਾਲ ਕਰ ਲੈਂਦੇ। ਠੀਕ ਹੈ, ਹਾਂ ਚਲੋ ਠੀਕ ਹੈ ਵੀਰ ਜੀ, ਮਿਹਰਬਾਨੀ ਜੀ।